ਆ ਸਾਸਰੀਕਾਲ ਦੀ ਸਾਰਿਆਂ ਨੂੰ ਅੱਜ ਹੈਗਾ ਸਾਡਾ 30 ਹਾਰ ਬੇਲੜ ਚੈਲੰਜ ਦਾ ਤੀਜਾ ਦਿਨ ਅੱਜ ਘਰਦਿਆਂ ਨੇ ਪੌਣੇ 10 ਵਜੇ ਕੱਚੀ ਨੀਂਦ ਠਾਲ ਕੇ ਠਾਲਣ ਸਾਰੀ ਕੱਚਾ ਕਰਨ ਲੱਗ ਗਏ ਯਾਰ ਉਹੀ ਇਹਨਾਂ ਦੇ ਰਸਮੀ ਜੇ ਮੇੜੇ ਹੁੰਦੇ ਨੇ ਅਗਵਾਂਡੀਆਂ ਦੇ ਤੇਜੇ ਦੇ ਮੁੰਡੇ ਤੋਂ ਸਿੱਖ ਲਾ ਇਹ ਤਾਂ ਸਿੱਖ ਲਾਵੇ ਉਹ ਤਾਂ ਸਿੱਖ ਉਹ ਮੈਂ ਕਿਹਾ ਤੇਜੇ ਦਾ ਮੁੰਡਾ ਕੀ ਮਿਸਤਰੀ ਆ ਉਹ ਕੀ ਸਿਖਾ ਦੂ ਮੈਨੂੰ ਵੀ ਅੱਜ ਸਾਡੇ ਘਰ 'ਚ ਬੈਠਦਾ ਖੁਸ਼ੀਆਂ ਦਾ ਦਿਨ ਸੀ ਕਿਉਂਕਿ ਸਾਡੇ ਬੱਚੇ ਨੂੰ ਸਕੂਲ ਵੱਲੋਂ ਐਸਓਐਮ ਯਾਨੀ ਕਿ ਸਟੂਡੈਂਟ ਆਫ ਦਾ ਮੰਥ ਡਿਕਲੇਅਰ ਕੀਤਾ ਉਹਨੂੰ ਬੈਚ ਮਿਲਿਆ ਸੀ ਪਰ ਇਹ ਬੈਚ ਮੇਰੇ ਲਈ ਤਾਂ ਭੈਦਣਾ ਕਰੋਨਾ ਕਾਲ ਬਣ ਕੇ ਆਇਆ ਸੀ ਸੋ ਮੈਨੂੰ ਤੱਕ ਮੇਰੇ ਕਵਾਰੰਟਾਈਨ ਹੋਣ ਦਾ ਟਾਈਮ ਆ ਗਿਆ ਸੀ ਘਰਦਿਆਂ ਨੇ ਹੁੱਜਾਂ ਮਾਰ ਮਾਰ ਖਿੱਚ ਖਿੱਚ ਬਿਸਤਰੇ ਚ ਆਏ ਖਿੱਚ ਖਿੱਚ ਜਵਾਬ ਦੇ ਨੇੜੇ ਕਰਨ ਇਹਦੇ ਵੱਲ ਦੇਖ ਲੈ ਇਹਦੇ ਵੱਲ ਦੇਖ ਲੈ ਆਹ ਦੇਖ ਲੈ ਐਸਓਐਮ ਬਣ ਗਿਆ ਐਸਓਐਮ ਬਣ ਗਿਆ ਸੋ ਹੁਣ ਨਾ ਤਾਂ ਜੀ ਆਪਾਂ ਇੰਨੇ ਪੜੇ ਲਿਖਿਆ ਨਾ ਆਪਾਂ ਨੂੰ ਇਹ ਬੈਚਾਂ ਬੂਚਾਂ ਦਾ ਚਾਹ ਨਾ ਮੈਨੂੰ ਇਹ ਬੈਚ ਦਾ ਮਤਲਬ ਪਤਾ ਸੀ ਉਤੋਂ ਕੱਚੀ ਨੀਂਦ ਬਲੱਡ ਵਧਿਆ ਪਿਆ ਮੈਂ ਬੈਚ ਜਾ ਲਾ ਕੇ ਬੱਚੇ ਨੂੰ ਸਿਰਫ ਇੰਨੇ ਹੀ ਪੁੱਛਿਆ ਮੈਂ ਕਿਹਾ ਰਾਜੇ ਇਹ ਤਮਾਉਣ ਨੂੰ ਦਿੱਤਾ ਸਕੂਲ ਵਾਲਿਆਂ ਨੇ ਬਸ ਪਰ ਇੰਨੀ ਕਹਿਣ ਦੀ ਥੇਰ ਸੀ ਜੀ ਬੱਚਾ ਤਾਂ ਭੂਕਣ ਲੱਗ ਗਿਆ ਤੇ ਸਾਡੀ ਜੁਆਇੰਟ ਫੈਮਿਲੀ ਆ 12 13 ਜਣਿਆਂ ਨੇ ਮੈਨੂੰ ਬੈਠ ਕੇ ਪਿਆਰ ਨਾਲ ਐ ਸਮਝਾਇਆ ਹੋ 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 ਚੈੱਕ ਕਰੋ ਜੀ ਪਿਆਰ ਇਹਨਾਂ ਦਾ ਕਹਿੰਦੇ ਐ ਨਹੀਂ ਰਾਜੇ ਐ ਕਹੀਦਾ ਪਿਆਰ ਤੇ ਪਿਆਰ ਵੰਡੀ ਜਾ ਰਹੀ ਸੀ ਹੁਣ ਆਪਾਂ ਵੀ ਅੱਜਕੱਲ ਸੀਆਈਡੀ ਜ਼ਿਆਦਾ ਦੇਖੀਦਾ ਮੈਂ ਕਿਹਾ ਯਾਰ ਪਹਿਲਾਂ ਤਾਂ ਛੱਤਰ ਚੱਕ ਕੇ ਪਛਾਣ ਕਿਹੜੇ ਦਾ ਬਲੱਡ ਜ਼ਿਆਦਾ ਵਧਿਆ ਹੋਇਆ ਜਿਮੀ ਮੈਂ ਦਇਆ ਵਾਂਗੂ ਚਪਲੀ ਚੱਕੀ ਤਾਂ ਚਪਲੀ ਦੇਖੀ ਤਾਂ ਸਾਡੇ ਵਾਲਾ ਅਰਜਨ ਬੈਲੀ ਸੀ ਜਿਹੜਾ ਪੈਰ ਜੋੜ ਕੇ ਗਣਾਸੀ ਮਾਰਦਾ ਯਾਨੀ ਕਿ ਮੇਰਾ ਪਾਪਾ ਇਹ ਦਪੈਰ ਜੋੜ ਜੋੜ ਚਾਪਲੀਆਂ ਲਾਲਾ ਸੱਟ ਰਿਹਾ ਸੀ ਸੋ ਹੁਣ ਗਰੀਬ ਬੰਦਾ ਕੀ ਗੁੱਸਾ ਕੱਡੂ ਜੀ ਵੱਧ ਤੋਂ ਵੱਧ ਰੇਤਾਂ ਪਾ ਕੇ ਭਾਜੂ ਜਾਂ ਗਾਲਾਂ ਕੱਢੂ ਆਪਣੇ ਕੋਲੇ ਉਹੀ ਹੱਲ ਸੀ ਮੈਂ ਬਾਪਾ ਪਾਪੇ ਦੀ ਚਪਲੀ ਚੱਕ ਕੇ ਕੋਠੇ ਤੇ ਸੜਤੀ ਕਿਉਂਕਿ ਜ਼ਮੀਨ ਜਮੂਨ ਨਾ ਨਹੀਂ ਨਾ ਕਰਾਈ ਵੀ ਸੋ ਹੱਥੋਂ ਪਾਈ ਤਾਂ ਹੋ ਨਹੀਂ ਸਕਦੇ ਵੈਸੇ ਵੀ ਪਾਪੇ ਹੁਣ ਤੱਕੜੇ ਨੇ ਟਾ ਲੈਣਗੇ ਤੇ ਪਰ ਮੈਨੂੰ ਕੀ ਪਤਾ ਸੀ ਮੈਂ ਨਾਟੋ ਦੇਸ਼ਾਂ ਵਾਂਗੂ ਘਿਰ ਚੁੱਕਿਆਂ ਵਾਲੇ ਦਿਵਾਲੇ ਉਹਨਾਂ ਨੇ ਤਾਂ ਅੰਦਰੋਂ ਹੋਰ ਮਝਾਇਲਾ ਦਾਗਣੀਆਂ ਸ਼ੁਰੂ ਕਰਤੀਆਂ ਬੁੜੀਆਂ ਆਈ ਜਸਟ ਐਸਕੇਪਡ ਅ ਬੈਕਸਾਈਡ ਟੂ ਦੀ ਕੋਲਾ ਸੋ ਕੋਲੇ ਉਹ ਲੈ ਰੋਕਿਆ ਮ ਐਂਡ ਆਫਟਰ ਥੈਟ ਆ ਮੈਟ ਮਾਈ ਫਰੈਂਡਸ ਆ ਫਰੈਂਡ ਸਰਕਲ ਮੈਂ ਲੋਕਾਂ ਚ ਗਿਆ ਉਹਨਾਂ ਨੂੰ ਉਹਨਾਂ ਦੇ ਪਰਿਵਾਰਾਂ ਬਾਰੇ ਮੋਟੀਵੇਟ ਕੀਤਾ ਕਿ ਪਰਿਵਾਰ ਕਿਵੇਂ ਚਲਾਉਣੇ ਨੇ ਤੁਸੀਂ ਪਰਿਵਾਰ ਨੂੰ ਰਾਜੀ ਖੁਸ਼ੀ ਕਿਵੇਂ ਰੱਖਣਾ ਬੇਸ਼ੱਕ ਮੈਂ ਆਪਣੇ ਪਰਿਵਾਰ ਚ ਬਹੁਤ ਪਿਆਰ ਨਾਲ ਉੱਠਾਇਆ ਸੀ ਉਹਨਾਂ ਚੋਂ ਆ ਦੇਖੋ ਜੀ ਮੈਂ ਕਹਿਆ ਕਿ ਮੈਂ ਅੱਜ ਜਰੂਰ ਕਰਦਿਆਂ ਨਾਲ ਲੜ ਕੇ ਆਇਆ ਜਿਹੜਾ ਛੜਾ ਬੰਦਾ ਹੁੰਦਾ ਬਾਈ ਜੀ ਉਹ ਕਹਿੰਦਾ ਤਾਂ ਲੜਕੀ ਹੁੰਦਾ ਪਰ ਉਹ ਆਇਆ ਬੇਸਿਕਲੀ ਛੱਤਰ ਖਾ ਕੇ ਹੁੰਦਾ ਕਿਉਂਕਿ ਛੜੇ ਦੀ ਕੋਈ ਪਾਵਰ ਨਹੀਂ ਜਿੰਨਾ ਟਾਈਮ ਉਹਦੇ ਨਾਲ ਜ਼ਮੀਨ ਨਹੀਂ ਚੜਦੀ ਸੋ ਟੰਬੇ ਖਾ ਕੇ ਆਈ जस्ट ਰਿਲੈਕਸਡ ਫੀਲ ਰੈਕਸ ਅੱਜ ਸੀਗੀ ਸਾਨੂੰ ਸੀਜ਼ਨ ਦੀ ਪਹਿਲੀ ਜਾਗੋ ਇੱਕ ਸਾਲ ਬਾਅਦ ਜਿਹੜੀ ਕਿ ਸਾਨੂੰ ਔੜ ਲੱਗੀ ਪਈ ਸੀ ਇਹ ਜਾਗੋ ਬਿਲਕੁਲ ਸਾਨੂੰ ਐ ਲੱਗ ਰਹੀ ਸੀ ਜਿਵੇਂ ਨਰਮੇ ਵਾਲੇ ਖੇਤ 'ਚ ਕਿਸੇ ਨੇ ਸਕੰਜਮੀ ਛੜਤੀ ਹੋਵੇ ਜਾਗੋਾਂ 'ਤੇ ਸਾਡਾ ਪਹਿਲਾ ਕੰਮ ਹੁੰਦਾ ਕਿ ਚੰਗਾ ਖਾਣਾ ਮਾੜਾ ਬੋਲਣਾ ਲਾਈਕ ਗਾਲਾਂ ਲਾਈਕ ਲਲਕਾਰੇ ਕੁੱਟ ਵੀ ਪੈ ਜਾਂਦੀਆਂ ਮੁੱਕੀਆਂ ਆਈ ਹੈਡ ਕੁ ਸੁਨ ਐਸ ਵੈਲ ਔਨ ਜਾਗੋਜ਼ ਸੋ ਜਿਵੇਂ ਜਾਗੋ ਤੇ ਗਏ ਜੀ ਉੱਥੇ ਨਵੇਂ-ਨਵੇਂ ਬੰਦਿਆਂ ਨਾਲ 9 ਪੈਗ ਪੜਾਏ ਤੇ ਪੁਰਾਣੇ ਬੰਦਿਆਂ ਨਾਲ ਅਸੀਂ 13 ਪੈਗ ਪੜਾਏ 22 ਪੈਗਾਂ ਦੇ ਵਿੱਚ ਡੇਢ ਬੋਤਲ ਆਪਣੀ ਐਂਟੀਕੁਇਟੀ ਦੀ ਅੰਦਰ ਕਰਕੇ ਜਾਗੋ ਤਾਂ ਹਲੇ ਚੱਕੀ ਨਹੀਂ ਸੀ ਗਈ ਜੀ ਪਰ ਸਾਡਾ ਇਹ ਹੁਣਾਂ ਸ਼ੋਰ ਸੀ ਚੱਕ ਲੋ ਚੱਕ ਲੋ ਬਟ ਆਈ ਇੰਜੋਏਡ ਇਟ ਲੋਟ ਇਟਸ ਅ ਰਿਮੈਂਬਰੇਬਲ ਮੈਮਰੇਬਲ ਜਾ ਗੋ ਟੂ ਮੀ ਐਂਡ ਜਿਨ੍ਹਾਂ ਦੇ ਕਰੇ ਹੈਗੀ ਸੀ ਉਹ ਐਸ ਵੈਲ ਕਿਉਂਕਿ ਉਹਨਾਂ ਦੇ ਬਿਸਤਰਾ ਤੇ ਆਈ ਹੈਡ ਉਲਟੀਆਂ ਅਨਾਰ ਚਲਾਏ ਉੱਥੇ ਬੈਕ ਮਾਰ ਗਏ ਕਿਉਂਕਿ ਦਾਰੂ ਵਾਦ ਘਾਟ ਇਟਸ ਇਟਸ ਅਪ ਐਂਡ ਡਾਊਨ অর ਇਨ ਦਾਰੂ ਬਟ ਹਾਊ ਮਚ ਨਾਈਸ ਨੇਬਰਸ ਆਈ ਹੈਵ ਉਹ ਮੈਨੂੰ ਚੱਕ ਕੇ ਛੱਡ ਕੇ ਲਾਈਕ ਜੇਸੀਬੀ ਸੋ ਐਂਡ ਦੇ ਪੁੱਟ ਇਟ ਔਨ ਮਾਈ ਬੈਡ ਟਾਈਮ ਇਟਸ ਮਾਈ ਬੈਡ ਟਾਈਮ অর ਸੌਰੀ ਇਟਸ ਮੰਜਾ ਟਾਈਮ ਐਂਡ ਹਾਊ ਮਚ ਨਾਈਸ ਨੈਫਿਊ ਆਈ ਹੈਵ ਮਤਲਬ ਮੈਂ ਉਹਨਾਂ ਨੂੰ ਸਿਰਫ ਮੇਰੇ ਮੂੰਹ ਇੱਕੋ ਹੀ ਸ਼ਬਦ ਨਿਕਲਿਆ ਐਂਡ ਅਟੈਟ ਹੋਏ ਤੋਂ ਦੈਟ ਇਜ਼ ਮੂਤ ਮੂਤ ਐਂਡ ਮਾਈ ਨੈਫਿਊ ਸੈਡ ਉੱਤੇ ਹੀ ਮੂਤ ਦੇ ਚਾਚਾ ਉੱਤੇ ਹੀ ਓਹ ਮਾਈ ਗਾਡ ਜੋ ਸੋ ਮਚ ਨਾਈਸ ਨੈਫਿਊਸ ਸੋ ਆਲ ਦੀ ਟਾਸਕਸ ਗੋ ਟੂ ਟੱਠੇ ਕੁੱਟੇ ਟੱਠੇ ਕੁੱਝ ਗਏ ਸਾਰੇ ਟਾਸਕ ਜੀ ਅੱਜ ਦੇ ਆ ਰਹੀ ਅੱਜ ਦੀ ਸੈਲਫੀ ਪੀਵੀਵੀ ਜਿੰਦਾਬਾਦ